ਜਲੰਧਰ ਵਿੱਚ ਥਾਣਾ ਨੰਬਰ 1 ਅਧੀਨ ਪੈਂਦੀ ਭਗਤ ਸਿੰਘ ਕਲੋਨੀ ਵਿੱਚ ਰਹਿਣ ਵਾਲੇ ਸਾਬਕਾ ਕੌਂਸਲਰ ਕਸਤੂਰੀ ਲਾਲ ਦਾ 10 ਸਾਲ ਦਾ ਪੋਤਾ ਦੁਪਹਿਰ 2:15 ਵਜੇ ਘਰੋਂ ਬਾਹਰ ਸਾਈਕਲ ਚਲਾਉਣ ਨਿਕਲਿਆ ਪਰ ਦੁਬਾਰਾ ਵਾਪਸ ਨਹੀਂ ਆਇਆ। ਤਕਰੀਬਨ 40 ਮਿੰਟ ਬਾਅਦ ਬੱਚੇ ਦਾ ਸਾਈਕਲ ਗੰਦੇ ਨਾਲੇ ਕੋਲੋਂ ਬਰਾਮਦ ਹੋਇਆ ਪਰ ਬੱਚੇ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਬੱਚੇ ਦੇ ਅਗਵਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ। ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਾ ਪੋਤਰਾ ਜਿਸ ਦਾ ਨਾਮ ਰਾਹੁਲ, ਛੋਟਾ ਨਾਮ ਉਸਦਾ ਹੈ ਆਸ਼ੂ, ਉਹ 4th ਕਲਾਸ KV ਸਕੂਲ ਵਿੱਚ ਕੇਂਦਰੀ ਵਿਦਿਆਲਾ ਸੁਲਣਸੀ ਪੜ੍ਹਦਾ ਹੈ। ਅੱਜ ਤਕਰੀਬਨ 2 ਵਜੇ ਉਹ ਵਾਪਸ ਸਕੂਲ ਤੋਂ ਆਇਆ। ਉਸਨੇ ਆਉਂਦੇ ਬੈਗ ਰੱਖ ਕੇ ਸਕੂਲ ਆਪਣਾ ਸਾਈਕਲ ਛੋਟਾ ਜਿਹਾ ਚੱਕ ਕੇ ਬਾਹਰ ਦਿੱਤਾ। ਜਦੋਂ 2:15 ਵਜੇ ਨਹੀਂ ਆਇਆ 2:30 ਵਜੇ ਤੱਕ, ਘਰਦਿਆਂ ਨੂੰ ਦੇਖਿਆ ਚੈੱਕ ਕੀਤਾ ਉਹਦਾ 2:45 ਵਜੇ ਸਾਈਕਲ ਉਹਦਾ ਮਿਲ ਗਿਆ। ਜਿਹੜਾ ਇਕੱਲਾ ਹੀ ਸਾਈਕਲ ਕਰਾ ਸੀ ਉਹ ਨਹੀਂ ਮਿਲਿਆ। ਉਸ ਤੋਂ ਬਾਅਦ ਹੁਣ ਤੱਕ ਅਸੀਂ ਨੱਠਭੱਜ ਕੀਤੀ, ਕੈਮਰੇ ਖੋਲ ਦਿਖਾ ਰਹੇ ਹਾਂ, ਪੁਲਿਸ ਰਿਪੋਰਟ ਕਰਾਤੀ ਹੈ।